ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ 1 ਮਹੀਨਾ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਕਟਗਿੰਤੀ ਦੇ ਖਿਲਾਫ ਲਗਾਤਾਰ ਟਾਰਗੇਟ ਹਮਲਿਆਂ ਨੂੰ ਉਜਾਗਰ ਕੀਤਾ ਅਤੇ ਨੋਟ ਕੀਤਾ ਕਿ ਯੂਐਸ ਹੋਲੋਕਾਸਟ ਮਿਊਜ਼ੀਅਮ ਭਾਰਤ ਨੂੰ ਵੱਡੇ ਕਤਲੇਆਮ ਲਈ ਸੰਭਾਵਿਤ ਮੰਨਦਾ ਹੈ ਦਾ ਵਾਇਰਲ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਭਾਰਤ ਨੇ ਰਿਪੋਰਟ ਨੂੰ ਗਲਤ ਜਾਣਕਾਰੀ ਅਤੇ ਅਮਰੀਕੀ ਅਧਿਕਾਰੀਆਂ ਦੀ ਟਿੱਪਣੀ ਨੂੰ ਪ੍ਰੇਰਿਤ ਤੇ ਪੱਖਪਾਤੀ ਟਿੱਪਣੀ ਵਜੋਂ ਘਰਾੜ ਦਿੱਤਾ ਹੈ ਵਾਸ਼ਿੰਗਟਨ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸਟੇਟ ਡਿਪਾਰਟਮੈਂਟ ਦੁਆਰਾ ਸੰਕਲਿਤ 2022 ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਰਿਪੋਰਟ ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਦੁਆਰਾ ਜਾਰੀ ਕੀਤੀ ਗਈ ਹੈ ਬਲਿੰਕਨ ਦੇ ਅਧਿਕਾਰਤ ਭਾਸ਼ਣ ਦੇ ਵਿੱਚ ਭਾਰਤ ਦਾ ਕੋਈ ਜ਼ਿਕਰ ਨਹੀਂ ਸੀ ਪਰ ਪੱਤਰਕਾਰਾਂ ਲਈ ਇੱਕ ਪਿਛੋਕੜ ਦੀ ਬਰੀਫਿੰਗ ਦੇ ਵਿੱਚ ਭਾਰਤ ਦੀਆਂ ਘੱਟ ਗਿਣਤੀਆਂ ਦੀ ਸਥਿਤੀ ਬਾਰੇ ਅਸਾਧਾਰਨ ਤੌਰ ਤੇ ਸਖਤ ਅਤੇ ਵਿਸਤ੍ਰਿਤ ਟਿੱਪਣੀਆਂ ਸਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਅਸੀਂ ਅੱਜ ਦੀ ਰਿਪੋਰਟ ਦੇ ਵਿੱਚ ਜਿਸ ਚੀਜ਼ ਦੀ ਰੂਪਰੇਖਾ ਪੇਸ਼ ਕਰਦੇ ਹਾਂ ਉਹ ਧਾਰਮਿਕ ਭਾਈਚਾਰਿਆਂ ਈਸਾਈ, ਮੁਸਲਮਾਨ, ਸਿੱਖਾਂ, ਹਿੰਦੂ, ਦਲਿਤਾਂ ਸਮੇਤ ਧਾਰਮਿਕ ਭਾਈਚਾਰਿਆਂ ਵਿਰੁੱਧ ਨਿਰੰਤਰ ਨਿਸ਼ਾਨਾ ਬਣਾਏ ਹਮਲੇ ਸਨ ਅਮਾਨਵੀ ਬਿਆਨ ਵਾਦੀ ਜਿਸ ਵਿੱਚ ਮੁਸਲਮਾਨਾਂ ਦੇ ਖਿਲਾਫ ਨਸਲਕੁਸ਼ੀ ਦੀ ਖੁੱਲੀ ਕਾਲ ਸ਼ਾਮਲ ਹੈ ਲਿੰਚਿੰਗ ਅਤੇ ਹੋਰ ਨਫ਼ਰਤ ਫੈਲਾਉਣ ਵਾਲੀ ਹਿੰਸਾ ਪੂਜਾ ਘਰਾਂ ਤੇ ਹਮਲੇ ਅਤੇ ਘਰਾਂ ਨੂੰ ਢਾਉਣਾ ਤੇ ਕੁਝ ਮਾਮਲਿਆਂ ਦੇ ਵਿੱਚ ਧਾਰਮਿਕ ਘਟਗਿੰਤਿਆਂ ਤੇ ਹਮਲੇ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਸਜ਼ਾ ਤੋਂ ਛੋਟ ਅਤੇ ਇੱਥੋਂ ਤੱਕ ਕਿ ਮਾਫੀ ਅਸੀਂ ਇਹ ਵੀ ਦੇਖ ਰਹੇ ਹਾਂ ਵੈਬਸਾਈਟ ਤੇ ਅਪਲੋਡ ਕੀਤੇ ਖਰੜੇ ਦੇ ਅਨੁਸਾਰ ਰਾਜ ਉਹ ਸੰਭਾਵਤ ਤੌਰ ਤੇ ਕਰਨਾਟਕ ਦੇ ਵਿੱਚ ਵਿਦਿਅਕ ਸੰਸਥਾਵਾਂ ਦੇ ਵਿੱਚ ਹਿਜਾਬ ਪਹਿਨਣ ਤੇ ਪਾਬੰਦੀਆਂ ਦਾ ਹਵਾਲਾ ਦੇ ਰਿਹਾ ਸੀ ਜਿਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦਿੱਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਬਰਕਰਾਰ ਰੱਖਿਆ ਗਿਆ ਸੀ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਨੋਟ ਕੀਤਾ ਕਿ ਮਨੁੱਖੀ ਅਧਿਕਾਰਾਂ ਸਮੂਹਾਂ ਸਮੇਤ ਭਾਰਤ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਮਹੱਤਵਪੂਰਨ ਧਿਆਨ ਦਿੱਤਾ ਗਿਆ ਸੀ US Holocaust Museum ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵੱਲ ਕਾਫੀ ਧਿਆਨ ਖਿੱਚਣਾ ਜਾਰੀ ਰੱਖਦਾ ਹੈ ਅਤੇ ਇਸ ਨੂੰ ਆਪਣੇ ਚਿੰਤਾ ਦੇ ਸਿਖਰਲੇ ਦੇਸ਼ਾਂ ਦੇ ਵਿੱਚੋਂ ਇੱਕ ਦੇ ਰੂਪ ਦੇ ਵਿੱਚ ਸੂਚੀਬੱਧ ਕਰਦਾ ਹੈ ਉੱਥੇ ਸਮੂਹਿਕ ਹੱਤਿਆਵਾਂ ਦੀ ਸੰਭਾਵਨਾ ਦੇ ਸਬੰਧ ਵਿੱਚ ਭਾਰਤ ਇਸ ਸਮੇਂ 162 ਦੇਸ਼ਾਂ ਦੇ ਵਿੱਚ 8ਵੇਂ ਸਥਾਨ ਤੇ ਹੈ ਯੂਐਸ 홀ੋਕਾਸਟ ਮਿਊਜ਼ੀਅਮ ਦੇ ਸ਼ੁਰੂਆਤੀ ਚੇਤਾਵਨੀ ਪ੍ਰੋਜੈਕਟ ਦੁਆਰਾ ਸਮੂਹਿਕ ਕਤਲੇਆਮ ਦਾ ਸਭ ਤੋਂ ਵੱਧ ਖਤਰਾ ਹੈ ਸੀਨੀਅਰ ਡਿਪਲੋਮੈਟ ਨੇ ਦੁਹਰਾਇਆ ਕਿ ਅਮਰੀਕਾ ਜ਼ਮੀਨ ਤੇ ਸਾਡੀ ਸਿਵਲ ਸੁਸਾਇਟੀ ਦੇ ਸਹਿਯੋਗੀਆਂ ਦੇ ਨਾਲ ਬਹੁਤ ਨੇੜਿਓਂ ਕੰਮ ਕਰਨਾ ਜਾਰੀ ਰੱਖਦਾ ਹੈ ਦਲੇਰ ਪੱਤਰਕਾਰਾਂ ਦੇ ਨਾਲ ਜੋ ਹਰ ਰੋਜ਼ ਕੁਝ ਦਸਤਾਵੇਜ਼ਾਂ ਨੂੰ ਦਸਤਾਵੇਜ਼ ਬਣਾਉਣ ਲਈ ਕੰਮ ਕਰ ਰਹੇ ਨੇ ਇਹ ਦੁਰਵਿਹਾਰ ਅਤੇ ਅਸੀਂ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਵਿੱਚ ਆਪਣੇ ਹਮਰਤੂਵਾਂ ਨਾਲ ਸਿੱਧੇ ਤੌਰ ਤੇ ਗੱਲ ਕਰਨਾ ਜਾਰੀ ਰੱਖਾਂਗੇ ਉਹ ਪਹਿਲਾਂ ਹੀ 5 ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਨੇ ਪਰ ਉਹਨਾਂ ਨੂੰ ਆਮ ਤੌਰ ਤੇ ਵਰਕਿੰਗ ਵਿਜ਼ਿਟਸ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਮੰਗਲਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਜਵਾਬ ਦੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿਦਮ ਬਾਗਚੀ ਨੇ ਅਫਸੋਸ ਜ਼ਾਹਰ ਕੀਤਾ ਕਿ ਰਿਪੋਰਟਾਂ ਗਲਤ ਜਾਣਕਾਰੀ ਅਤੇ ਗਲਤ ਸਮਝ ਤੇ ਆਧਾਰਿਤ ਨੇ ਪਿਛੋਕੜ ਦੀ ਬਰੀਫਿੰਗ ਦੇ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਉਸਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀਆਂ ਦੁਆਰਾ ਪ੍ਰੇਰਿਤ ਅਤੇ ਪਖਵਾਤੀ ਟਿੱਪਣੀ ਹੈ ਸਿਰਫ ਇਹਨਾਂ ਰਿਪੋਰਟਾਂ ਦੀ ਪ੍ਰਸਾਯੋਗਤਾ ਨੂੰ ਹੋਰ ਕਮਜ਼ੋਰ ਕਰਨ ਲਈ ਕੰਮ ਕਰਦਾ ਹੈ ਉਸਨੇ ਅੱਗੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਸਾਡੀ ਭਾਈਵਾਲੀ ਨੂੰ ਮਹੱਤਵ ਦੇਣਾ ਜਾਰੀ ਰੱਖਿਆ ਹੈ ਅਤੇ ਸਾਡੇ ਲਈ ਚਿੰਤਾ ਦੇ ਮੁੱਦਿਆਂ ਤੇ ਸਪਸ਼ਟ ਅਦਾਨ-ਪ੍ਰਦਾਨ ਕਰਨਾ ਜਾਰੀ ਰੱਖੇਗਾ ਜਦੋਂ ਕਿ ਬਲਿੰਕਨ ਦੇ ਭਾਸ਼ਣ ਦੇ ਵਿੱਚ ਇਸ ਵਾਰ ਭਾਰਤ ਦਾ ਜ਼ਿਕਰ ਨਹੀਂ ਕੀਤਾ ਗਿਆ ਪਿਛਲੇ ਸਾਲ ਜੂਨ ਵਿੱਚ ਸਾਲਾਨਾ ਰਿਪੋਰਟ ਦੇ ਲਾਂਚ ਸਮਾਰੋਹ ਦੇ ਵਿੱਚ ਰਾਜ ਦੇ ਸਕੱਤਰ ਦੁਆਰਾ ਦੱਖਣੀ ਏਸ਼ੀਆ ਦੇ ਦੇਸ਼ ਨੂੰ ਚੁਣਿਆ ਗਿਆ ਸੀ I have did my coaching from GlobeWise only for IITs and I secured 6.5 band. My experience with GlobeWise was so well. I would really suggest each and everyone to come here and pursue their process through GlobeWise. It will be really helpful for you. I will call you Delhi branch Delhi, 9696 875 875. Punjab te branch Delhi, 8725 875 875. ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ